ਇਹ ਫਿਰ ਇਲਾਕੇ ਦੇ ਵਿੱਚ ਜਦੋਂ ਇੰਨੀ ਪਾਵਰ ਕਿਸੇ ਕੋਲ ਆਮ ਆਦਮੀ ਕੋਲ ਸਰਕਾਰ ਦੀ ਹੋ ਜੇ, ਸ਼ਰਾਬ ਦੀ ਆਦਤ ਨੂੰ ਪਹਿਲਾਂ ਹੀ ਸੀ, ਔਰ ਫਿਰ ਨਿਹੰਗ ਬਾਣੀ ਦੇ ਵਿੱਚ ਹੋਰ ਨਿਹੰਗ ਬਾਣੀ ਦੇ ਵਿੱਚ ਇਹਨੇ ਨਾਲ ਰਲਾ ਲਿਆ ਆਪਣੇ ਜਿਹੜੇ, ਮਤਲਬ ਤੁਸੀਂ ਇਹ ਹਿਸਾਬ ਲਾ ਲਓ ਜਿਹੜੇ ਗੁੰਡੇ ਹੁੰਦੇ ਆ, ਜਿਹੜੇ ਲੁਟੇਰੇ ਹੁੰਦੇ ਆ, ਲੁੱਟਾਂ ਕਰਨ ਵਾਲੇ, ਖੂਹਾਂ ਕਰਨ ਵਾਲੇ ਲਫੰਗੇ ਲੋਕ ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂ, ਉਹ ਇਹਦੇ ਟੋਲੇ ਵਿੱਚ ਰਲ ਗਏ, ਇਹ ਟੋਲਾ ਬਣ ਗਿਆ ਫਿਰ ਅਜੀਤ ਸਿੰਘ ਪੂਲੇ ਦਾ ਟੋਲਾ। ਫਿਰ ਇਲਾਕੇ ਦੇ ਵਿੱਚ ਟੋਲਾ ਸੀ, ਉਹ ਸਰਕਾਰੀ ਸਰਕਾਰੀ ਸਹਿ ਸੀ। ਇਹਨਾਂ ਨੇ ਫਿਰ ਨਾ ਵਿਚਾਰੇ ਜਿਹੜੇ ਆਮ ਗੁਰਮੁਖ ਹੁੰਦੇ ਆ, ਗੁਰਸਿੱਖ ਹੁੰਦੇ ਆ, ਜਿਹੜੇ ਧਰਮ ਦਾ ਪਿਆਰ ਰੱਖਦੇ ਆ, ਧਰਮ ਸਿਧਾਂਤਾਂ 'ਤੇ ਖੜ੍ਹਦੇ ਆ, ਔਰ ਸਿੱਖੀ ਦਾ ਜਿਨ੍ਹਾਂ ਦੇ ਅੰਦਰ ਦਰਦ ਹੈ, ਔਰ ਕੌਮੀ ਪਰਵਾਨੇ, ਉਹ ਜਿਹੇ ਲੋਕ ਇਹਨਾਂ ਨੇ ਨਿਸ਼ਾਨੇ 'ਤੇ ਲਏ। ਮੈਂ ਇੱਕ ਗੱਲ ਬਾਬਾ ਜੀ ਤੁਹਾਡੇ ਨਾਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਇਹ ਸੰਸਥਾ ਦਾ ਮੁਖੀ ਬਣਿਆ ਸੀ, ਜਦੋਂ ਇਹ ਇੰਨੇ ਮਾੜੇ ਕੰਮ ਕਰ ਰਿਹਾ ਸੀ, ਹਾਂਜੀ, ਤੇ ਸਾਡੀਆਂ ਕੋਈ ਦੂਜੀਆਂ ਜਥੇਬੰਦੀਆਂ ਜਾਂ ਦੂਜੀਆਂ ਸਾਡੀਆਂ ਟਕਸਾਲਾਂ ਉਹ ਨਹੀਂ ਸੀ ਇਸ ਚੀਜ਼ ਦੇ ਵੱਲ? ਦੇਖੋ ਸਮਾਂ, ਦੇਖੋ ਇਹੋ ਜਿਹਾ ਸੀ, ਧਿਆਨ ਗਿਆ, ਜਿਹੜੇ ਅਣਖੀ ਲੋਕ ਸੀ, ਅਣਖੀ ਲੋਕਾਂ ਦੀ ਲਿਸਟ ਦੇ ਵਿੱਚ ਪੂਲੇ ਦਾ ਪਹਿਲੇ ਨੰਬਰ 'ਤੇ ਨਾਮ ਸੀ। ਪਰ ਇਹ ਜਿਹੜੇ ਗੁੰਡਾਗਰਦੀ ਵਾਲੇ ਟੋਲੇ ਨੇ ਕੀ ਕੀਤਾ, ਇੱਕ ਗੱਡੀ ਬਣਾਈ, ਉਹ ਗੱਡੀ ਦੇ ਵਿਚਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਸਜਾਈ ਅਤੇ ਪਾਲਕੀ ਦੇ ਵਿੱਚ ਸਤਿਗੁਰੂ ਦਾ ਪ੍ਰਕਾਸ਼ ਕਰ ਲਿਆ। ਜਦੋਂ ਤਾਂ ਆਪਣੇ ਡੇਰੇ 'ਚ ਹੁੰਦਾ ਸੀ, ਉਦੋਂ ਤਾਂ ਇਹਨੂੰ ਪੁਲਿਸ ਅਲੱਗ ਪੁਲਿਸ ਲੱਗੀ ਸੀ ਸਿਵਲ ਵਰਦੀਆਂ ਦੇ ਵਿੱਚ। ਹਾਂ ਹਾਂ ਬਿਲਕੁਲ, ਪੁਲਿਸ ਦਾ ਸਰਕਾਰ ਦੀ ਸਹਿ ਸੀ ਬੰਦੇ ਨੂੰ, ਔਰ ਨਾਲ ਇਹਦੇ ਆਪਣੇ ਗੁੰਡੇ, ਇਹਦੇ ਕੋਲ SLR-ਾਂ ਆਮ ਦੇਖਦੇ ਸੀ ਦੁਨੀਆ, ਜਿਹੜੀਆਂ ਸਰਕਾਰੀ ਰਾਈਫਲਾਂ ਨੇ ਇਹਦੇ ਕੋਲ ਆਮ ਇਹਨਾਂ ਦੇ ਬੰਦਿਆਂ ਕੋਲ ਦੇਖਦੇ ਸੀ। ਇਸ ਇਲਾਕੇ ਵਿੱਚ ਇਹਦੀ ਐਡੀ ਦਹਿਦ ਸੀ ਨਾ, ਐਡਾ ਵੱਡਾ ਖੌਫ ਸੀ ਬੰਦੇ ਦਾ, ਆਮ ਆਦਮੀ ਕੀ ਖਾਸ ਆਦਮੀ ਵੀ ਇਹਦੇ ਨਾਲ ਅੱਖ ਨਾਲ ਅੱਖ ਨਹੀਂ ਸੀ ਮਿਲਾਉਂਦਾ, ਖੰਘ ਕੇ ਨਹੀਂ ਸੀ ਕੋਈ ਲੰਘਦਾ, ਕਹਿੰਦਾ ਸੀ ਮਾੜਾ ਬੰਦਾ, ਇਹ ਤੋਂ ਕਿਨਾਰਾ ਕਰੋ। ਇਹ ਤਾਂ ਸਿਰ ਨੀਵਾਂ ਕਰਕੇ ਲੋਕ ਲੰਘਦੇ ਸੀ, ਕਿਤੇ ਸਾਕੇ ਨਾ ਕਰ ਲਏ ਵੀ ਮੇਰੇ ਵੱਲ ਦੇਖਿਆ, ਇਹ ਬੰਦਾ ਐਡਾ ਭੂਤਰਿਆ ਸੀ, ਜਿਹਨੂੰ ਪਤਾ ਲੱਗ ਗਿਆ ਨਾ ਮੇਰੇ ਵੱਲ ਦੇਖਿਆ, ਮੇਰੇ ਦੇਖ ਕੇ ਮੁਸ 'ਤੇ ਹੱਥ ਧਰਤਾ ਜਾਂ ਮੇਰੇ ਵੱਲ ਦੇਖ ਕੇ ਖੰਘ ਲਿਆ, ਕਹਿੰਦਾ ਜੀ ਇਹਨੂੰ ਟੰਗ ਦਿਓ, ਇਹਨੂੰ ਕਤਲ ਕਰ ਦਿਓ। ਕੁੜੀਆਂ ਬੱਚੀਆਂ ਦੇ ਨਾਲ, ਨਿੱਕੀਆਂ ਨਿੱਕੀਆਂ ਬੱਚੀਆਂ ਨੇ ਬੜੇ ਕੁਕਰਮ ਕੀਤੇ ਇਸ ਇਲਾਕੇ ਵਿੱਚ, ਮਾਝੇ ਦੇ ਲੋਕ ਨੇ, ਅਣਖੀ ਲੋਕ ਨੇ, ਮਜਾਇਲ, ਉਹਨਾਂ ਦੀ ਨਿਗਾਹ 'ਤੇ ਇਹ ਬੰਦਾ ਚੜ੍ਹ ਗਿਆ। ਪਰ ਇਹਨੇ ਹੁਣ ਬਚਣ ਦੇ ਮਾਰੇ ਨੇ ਫਿਰ ਕੀ ਕੀਤਾ, ਗੱਡੀ ਤਿਆਰ ਕੀਤੀ, ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰ ਲਿਆ। ਇਹ ਬੰਦਾ ਸ਼ਰਾਬ ਪੀ ਕੇ ਮਹਾਰਾਜ ਦੀ ਹਜ਼ੂਰੀ 'ਚ ਬੈਠਿਆ ਕਰਦਾ ਸੀ ਸਿਰਫ ਬਚਣ ਵਾਸਤੇ ਲੋਕਾਂ ਤੋਂ, ਪੂਰੀ ਬੇਅਦਬੀ ਕਰਦਾ ਸੀ, ਰੱਜ ਕੇ ਬੇਅਦਬੀ ਕਰਦਾ ਸੀ। ਜਿਹੜਾ ਇਹਦਾ ਸਥਾਨ ਹੈ ਉੱਥੇ ਇਹਦੇ ਅੰਦਰ ਇਹਨੇ ਰੋਜ਼ ਰੱਜ ਕੇ ਸ਼ਰਾਬ ਪੀਣੀ, ਕੁਕਰਮ ਕਰਨੇ, ਔਰ ਕੋਈ ਇਹਦੇ ਨਾਲ ਅੱਖ ਨਹੀਂ ਸੀ ਮਿਲਾ ਸਕਦਾ। ਔਰ ਇਹ ਬੰਦੇ ਦੀ ਦਹਿਦਸ ਐਡੀ ਵੱਡੀ ਸੀ, ਖੌਫ ਐਡਾ ਵੱਡਾ ਸੀ, ਸਰਕਾਰਾਂ ਨਾਲ ਸੀ, ਸਰਕਾਰਾਂ ਕਰਕੇ ਇਲਾਕੇ ਦੇ ਵਿੱਚ ਕੋਈ ਕਬਜ਼ਾ ਕਰਨਾ, ਧੱਕੇ ਨਾਲ ਕੋਈ ਕੰਮ ਕਰਨਾ, ਤਾਂ ਹੁਕਮ ਚੱਲਦਾ ਸੀ, ਇਹ ਹੁਕਮ ਭੇਜਦਾ ਸੀ ਪਿੰਡਾਂ 'ਚ ਵੀ ਆਹ ਕੰਮ ਅਜੀਤ ਸਿੰਘ ਪੂਲੇ ਨੇ ਕਿਹਾ ਹੁਣ ਸੂਰਜ ਚੜ੍ਹਦੇ ਨੂੰ ਹੋਊਗਾ,